ਕਵਿਤਾ ਹੈ ਨੂਰੀ ਦਰਸ਼ਨ ਚੜਦੇ ਵੱਲ ਕੋਈ ਚਮਕਿਆ নূর ਰੱਬੀ ਜਿਨੇ ਚਮਕ ਕੇ ਰੌਸ਼ਨ ਜਹਾਨ ਕੀਤਾ ਜਿਦੇ ਸੋ ਸੁਣ ਕੇ ਪਸ਼ੂ ਪੰਛੀਆਂ ਨੇ ਪਾ ਪਾ ਕੇ ਰੌਲਾ ਇਹ ਐਲਾਨ ਕੀਤਾ ਕਲੀਆਂ ਘੁੰਡ ਚਾ ਕੇ ਖਿੜਖਿੜ ਹੱਸ ਪਈਆਂ ਫੁੱਲ ਪੱਤਿਆਂ ਉਹਦਾ ਸਨਮਾਨ ਕੀਤਾ ਵੈਲਕਮ ਪਾਉਂਦੀ ਹਿੰਦ ਬਚਾਉਣ ਖਾਤਰ ਪਿਤਾ ਵਾਰਨ ਜਿਨੇ ਪਰਵਾਨ ਕੀਤਾ ਭੀਖਣ ਸ਼ਾ ਸਜਦਾ ਕਰਦਾ ਰੋਜ਼ ਲੈਂਦੇ ਚੜਦੇ ਵੱਲ ਉਹਨੇ ਨਮਸਕਾਰ ਕੀਤਾ ਮਨਾ ਕਿਸ ਤਰ੍ਹਾਂ ਕਰਾਂ ਦੇਦਾਰ ਉਹਦਾ ਆਪਣੇ ਮਨ ਚ ਉਹਨੇ ਵਿਚਾਰ ਕੀਤਾ ਭੀਖਣ ਤੁਰ ਪਿਆ ਨੂਰ ਦੇ ਦਰਸ਼ਨਾਂ ਨੂੰ ਖੁਰਾਲਾ ਬਦਾ ਹੌਸਲਾ ਬਨ ਲੋਕੋ ਵੇਖਾਂ ਪੀਰ ਆਇਆ ਸਾਡੇ ਮੋਮਨਾਂ ਦਾ ਜਾਂ ਫਿਰ ਹਿੰਦੂਆਂ ਵਾਲਾ ਸੁਮਨ ਲੋਕੋ ਮਨ ਵਿੱਚ ਆਖਦਾ ਪਿੱਛਾ ਨੂੰ ਮੁੜਾਂਗਾ ਤਾਂ ਆਪਣੇ ਵਹਿਮ ਵਾਲਾ ਠੂਠਾ ਭੰਨ ਲੋਕੋ ਜੇ ਫਿਰ ਪੀਰ ਹੋਇਆ ਸਾਂਝਾ ਸਭ ਦਾ ਉਹ ਦੂਰ ਕਰਾਂਗਾ ਜੀ ਦਾ ਜਾਨ ਲੋਕੋ ਪੰਡਾ ਚੀਰਦਾ ਮੁਸ਼ਕਲਾਂ ਝਾਗਦਾ ਉਹ ਕਿਸੇ ਚਾਹ ਅੰਦਰ ਪਟਨੇ ਜਾ ਪੁੱਜਾ ਜਿੱਥੇ ਚਮਕਦਾ ਪਿਆ ਸੀ ਨੂਰ ਰੱਬੀ ਭੇਤ ਉਸ ਤੋਂ ਰਹਾ ਨ ਕੋਈ ਗੁੱਜਾ ਜਾ ਕੇ ਖਬਰ ਕੀਤੀ ਮਾਤ ਗੁਜਰੀ ਨੂੰ ਆਖਣ ਬਾਹਰ ਅਜ ਇੱਕ ਫਕੀਰ ਆਇਆ ਹੈ ਭੇਸ ਵੱਲੋਂ ਤੇ ਤੁਰ ਕੋ ਜਾਪਦਾ ਏ ਐ ਪਰ ਇਸ ਥਾਂ ਹੋ ਬੇਨਜ਼ੀਰ ਆਇਆ ਹੈ ਨਿੱਕੇ ਬਾਲਕੇ ਦਾ ਦੀਦ ਪਾਵਣੇ ਲਈ ਸਿਆਂ ਕੋਹਾਂ ਦੇ ਪੰਧ ਨੂੰ ਚੀਰ ਆਇਆ ਉਹ ਤਾਂ ਆਖਦਾ ਏ ਇਸ ਮਕਾਨ ਅੰਦਰ ਅੱਲਾਹ ਪਾਕ ਦਾ ਕੋਈ سفیر ਆਇਆ ਜਦੋਂ ਖਬਰ ਪੁੱਜੀ ਮਾਤ ਗੁਜਰੀ ਨੂੰ ਆਂਦੀ ਵੈਰੀਆਂ ਭੇਜਿਆ ਕੋਈ ਸਾਨੀ ਅੱਖੋਲੇ ਨਾ ਕਰਾਂ ਮੈਂ ਚੰਨ ਸੋਣਾ ਮਤਾਂ ਇਸ ਨੂੰ ਕੋਈ ਪਹੁੰਚਾਈ ਹਾਨੀ ਉਸੇ ਵਕਤ ਬਾਹਰੋਂ ਉਹਦਾ ਵੀਰ ਆਇਆ ਆਖੇ ਰੱਬ ਦਾ ਵਾਸਤਾ ਪਾਉਂਦਾ ਏ ਉਸ ਨਿੱਕੇ ਜਿਹੇ ਬਾਲ ਦੇ ਦੀਦ ਬਾਝੋਂ ਉਹ ਫਕੀਰ ਡਾਢੇ ਤਰਲੇ ਪਾਉਂਦਾ ਏ ਸਮਝ ਸੋਚ ਕੇ ਆਖਦੀ ਜਾ ਵੀਰਾ ਵੀਰਾ ਬਾਲ ਨੂੰ ਬਾਹਰ ਲਿਆਉਂਦਾ ਏ ਪਰਦਾ ਲਾਹ ਕੇ ਨੂਰ ਦੇ ਪਰਦਾ ਲਾਹ ਕੇ ਨੂਰ ਦੇ ਮੂੰਹ ਉਤੋਂ ਭੀਖਣ ਸ਼ਾਹ ਨੂੰ ਦੀਦ ਕਰਾਉਂਦਾ ਏ ਵਰਦਾ ਲਾਕੇ ਨੂਰ ਦੇ ਮੂੰਹ ਤੋਂ ਪੀਖਣ ਸ਼ਾਹ ਨੂੰ ਦੀਦ ਕਰਾਉਂਦਾ ਏ ਸ਼ਾਹ ਦੀਦ ਕੀਤਾ ਨਾਲੇ ਕੁਜਿਆਂ ਨੂੰ ਸ਼ਾਹ ਦੀਦ ਕੀਤਾ ਨਾਲੇ ਕੁਜਿਆਂ ਨੂੰ ਦੋਹਾਂ ਚਰਨਾਂ ਦੇ ਨਾਲ ਛੁਆ ਦਿੱਤਾ ਚੋਜਾਂ ਵਾਲੇ ਅਵਤਾਰ ਜੇ ਬਾਲਕੇ ਨੇ ਝਟ ਦੋਹਾਂ ਨੂੰ ਪਰੇ ਹਟਾ ਦਿੱਤਾ ਚੋਜਾਂ ਵਾਲੀ ਅਵਤਾਰ ਜੇ ਬਾਲਕੇ ਨੇ ਝਟ ਦੋਹਾਂ ਨੂੰ ਪਰੇ ਹਟਾ ਦਿੱਤਾ